ਨਾ ਤਾਂ ਇਹਦੇ ਚੂਚੇ ਨਵੇਂ ਬੂਟੇ ਹੁੰਦੇ ਨੇ, ਨਾ ਹੀ ਇਹਦੇ ਵਿੱਚ ਕੋਈ ਚੋਭਾ ਵਗੈਰਾ, ਨਾ ਹੀ ਅਦਰ ਵਰਾਇਟੀ ਇਹਦੇ 'ਚ ਹੁੰਦੀ ਹੈ। ਮੈਂ ਮੁਹੰਮਦ ਆਸ਼ਿਫ ਗੁੱਜਰ, ਜੋ ਕਿ ਜ਼ਿਲ੍ਹਾ ਹਫਜ਼ਾਬਾਦ ਦਾ ਰਹਿਣ ਵਾਲਾ, ਅਤੇ 80 ਏਕੜ ਮੇਰੀ ਜ਼ਮੀਨ ਦੀ ਮਾਸ਼ਾਅੱਲਾ ਮਾਲਕ ਹੀ ਹੈ। ਅਤੇ ਜਦੋਂ ਦਾ ਵੀ ਅਸੀਂ ਤਕਰੀਬਨ 15 ਸਾਲ ਤੋਂ ਅਲਹਮਦੁਲਿਲਾ ਜਲੰਧਰ ਦਾ ਸੀਡ ਅਸੀਂ ਯੂਜ਼ ਕਰ ਰਹੇ ਹਾਂ, ਚਾਹੇ ਉਹ ਮੂੰਜੀ ਦਾ ਹੋਵੇ ਜਾਂ ਉਹ ਗੰਦਮ ਦਾ ਹੋਵੇ ਜਾਂ ਮਕਈ ਦਾ ਹੋਵੇ, ਬਹੁਤ ਅੱਛੇ ਰਿਜ਼ਲਟ ਲੈ ਰਹੇ ਹਾਂ ਇਸ ਬੀਜ ਦੇ। ਅਲਹਮਦੁਲਿਲਾ ਅਸੀਂ ਤਕਰੀਬਨ ਪਿਛਲੀ ਦਫ਼ਾ 15-09, ਜੋ ਕਿ ਲੋਕ ਬੜੇ ਬੁਰਾਨ 'ਚ ਰਹੇ ਨੇ, ਲੇਕਿਨ ਇਸ ਅਸੀਂ ਵਰਾਇਟੀ ਨੂੰ ਕਾਸ਼ਤ ਕੀਤਾ ਜਾ ਕੇ ਤਕਰੀਬਨ ਦੇਸੀ ਮਹੀਨਾ, ਜੋ ਕਿ 20 ਜੇਠ ਤੋਂ ਬਾਅਦ ਪਨੀਰੀ ਦੀ ਬੀਜੀ, ਉਸ ਤੋਂ ਬਾਅਦ ਅਸੀਂ 20 ਹਾੜ ਤੋਂ ਬਾਅਦ ਇਸ ਨੂੰ ਲਾ ਕੇ ਅਤੇ ਪੈਦਾਵਾਰ 70 ਮਨ ਤੱਕ ਲਈ, ਜੋ ਕਿ ਲੋਕ ਕਹਿ ਰਹੇ ਨੇ ਕਿ ਇਹਦਾ ਝਾੜ ਨਹੀਂ ਸੀ ਜੇ ਵੋ, ਲੇਕਿਨ ਬੀਜ ਬਹੁਤ ਅੱਛਾ ਹੈ, ਉਹਦਾ ਰਿਜ਼ਲਟ ਵੀ ਬਹੁਤ ਅੱਛਾ ਹੈ। ਸਾਨੂੰ ਜ਼ਿਮੀਂਦਾਰਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਟਾਈਮ ਟੇਬਲ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਕੰਮ ਕਰੀਏ। ਬੀਜ ਜੋ ਅੱਛਾ ਹੈ ਉਹ ਰੁਸਤਮ ਬ੍ਰਾਂਡ ਹੈ, ਜੋ ਕਿ ਜਲੰਧਰ ਸੀਡ ਦਾ ਹੈ। ਅਲਹਮਦੁਲਿਲਾ ਅਸੀਂ ਮੁਤਮੇ ਨਾ ਦੇ ਇਹਦੇ ਚੂਚੇ ਨਵੇਂ ਬੂਟੇ ਹੁੰਦੇ ਨੇ, ਨਾ ਹੀ ਇਹਦੇ ਵਿੱਚ ਕੋਈ ਚੋਭਾ ਵਗੈਰਾ, ਨਾ ਹੀ ਅਦਰ ਵਰਾਇਟੀ ਇਹਦੇ 'ਚ ਹੁੰਦੀ ਹੈ, ਜੋ ਕਿ ਇਹਦੀ ਲੈਂਥ ਹੀ ਤੰਦਰੁਸਤ ਸੀਡ, ਔਰ ਇਸ ਤਰ੍ਹਾਂ ਹੀ ਇਸ ਦੇ ਅੱਗੇ ਚਾਵਲ ਮਤਲਬ ਮਾਰਕੀਟ ਜਾਂਦਾ ਅਤੇ ਉਹਦਾ ਵੀ ਸਾਨੂੰ ਜ਼ਿਆਦਾ ਫਾਇਦਾ ਪਹੁੰਚਦਾ। ਅਲਹਮਦੁਲਿਲਾ ਅਸੀਂ ਇਹਦੀ ਪੈਸਟੀਸਾਈਡ ਦਵਾਈਆਂ ਔਰ ਇਹਦੇ ਸੀਡ ਤੋਂ ਫੁੱਲੀ ਮੁਤਮੇਨ ਹੈ। ਮੇਰਾ ਜੀ ਆਪਣੇ ਸਾਰੇ ਜ਼ਿਮੀਂਦਾਰਾਂ ਭਰਾਵਾਂ ਨੂੰ ਮਸ਼ਵਰਾ ਹੈ ਕਿ ਜੇ ਤੁਸੀਂ ਵੀ ਅੱਛੀ ਪੈਦਾਵਾਰ ਲੈਣਾ ਚਾਹੁੰਦੇ ਹੋ ਤਾਂ ਅੱਛੇ ਬੀਜਾਂ ਦਾ ਇੰਤਖਾਬ ਕਰੋ, ਅੱਛੇ ਬੀਜ ਇਸਤੇਮਾਲ ਕਰੋ ਔਰ ਅੱਛਾ ਰਿਜ਼ਲਟ ਲਓ ਜੀ।